ना गौरव जी जिहड़ा पंजाब दे विच अज नशियां दे दरिया वग रहे ने ना, इस करके जिहड़ियां फिल्म बनी आ औरतां पंजाब, इहनू सरकार क्यों डरदी आ दिखाउण तों? मैनू तां समझ नहीं आउंदी, क्योंकि इहदे पहलां तां सेंसर ने बड़े बड़े कट लाए ने, ਉਹ ਇੰਨੇ ਕੱਟਾਂ ਤੋਂ ਬਾਅਦ ਵੀ ਉਹਨੂੰ ਇਹ ਰਿਲੀਜ਼ ਨਹੀਂ ਹੋਣ ਦੇ ਰਹੇ, ਕਿਉਂਕਿ ਦਾਲ 'ਚ ਕੁਛ ਕਾਲਾ। ਇੱਕ ਇਹ ਸਰਕਾਰ ਦੇ ਆਪ ਮੰਤਰੀ ਵਿੱਚ ਸ਼ਾਮਿਲ ਨੇ ਨਸ਼ਿਆਂ ਦੇ, ਔਰ ਸਾਰੇ ਲੋਕਾਂ ਨੂੰ ਪਤਾ ਵੀ ਇਸ ਟਾਈਮ ਸਰਕਾਰ ਦਾ ਦੀ ਸਰਪ੍ਰਸਤੀ ਥੱਲੇ ਨਸ਼ੇ ਦਾ ਜੋ ਕਾਰੋਬਾਰ ਹੋ ਰਿਹਾ, ਇਸ ਕਰਕੇ ਇਹ ਫਿਲਮ ਨੇ ਸੱਚਾਈ ਦਿਖਾਈ ਆ, ਇਸ ਕਰਕੇ ਇਹ ਫਿਲਮ ਨੂੰ ਰਿਲੀਜ਼ ਨਹੀਂ ਕਰ ਰਹੇ। ਅਸੀਂ ਅੱਜ ਇਸ ਕਰਕੇ ਇੱਥੇ ਇਕੱਠੇ ਹੋਏ ਲੁਧਿਆਣੇ 'ਚ, ਮੈਂ ਪ੍ਰਧਾਨ ਇੰਡੀਅਨ ਓਵਰਸੀਜ਼ ਕਾਂਗਰਸ ਹੋਣ ਦੇ ਨਾਤੇ, ਅਮੈਰੀਕਾ ਦਾ ਪ੍ਰੈਜ਼ੀਡੈਂਟ ਹਾਂ ਮੈਂ, ਇਸ ਹੋਣ ਦੇ ਨਾਤੇ ਮੈਂ ਮੰਗ ਕਰਦਾ ਵੀ ਇਸ ਫਿਲਮ ਨੂੰ ਜਲਦੀ ਤੋਂ ਜਲਦੀ ਰਿਲੀਜ਼ ਕੀਤਾ ਜਾਵੇ, ਔਰ ਸਰਕਾਰ ਨੂੰ ਵੀ ਮੈਂ ਅਪੀਲ ਕਰਦਾ ਵੀ ਹੁਣ ਬਹੁਤ ਟਾਈਮ ਨਿਕਲ ਗਿਆ, ਹੁਣ ਇਹਨਾਂ ਨਸ਼ਿਆਂ ਦੇ ਨੂੰ ਹੱਥ ਪਾਈ ਜਾਵੇ। ਮੂਹਰੇ 6 ਮਹੀਨਿਆਂ ਨੂੰ ਇਲੈਕਸ਼ਨ ਆ, ਇਹਨਾਂ ਨੂੰ ਵੀ ਪਤਾ ਵਾ, ਕਿਉਂਕਿ ਲੋਕਾਂ ਨੇ ਹੁਣ ਇਹਨਾਂ ਦੇ ਚਿਹਰੇ ਨੰਗੇ ਹੋ ਚੁੱਕੇ ਨੇ, ਔਰ ਲੋਕਾਂ ਨੇ ਇਹਨਾਂ ਨੂੰ ਸਭ ਕੁਝ ਦਿਖਾ ਦੇਣਗੇ, ਨਹੀਂ ਤਾਂ ਇਹਨਾਂ ਨੂੰ 6 ਮਹੀਨਿਆਂ ਬਾਅਦ ਇਹਨਾਂ ਨੂੰ ਇਹਦਾ ਮੁੱਲ ਦੇਣਾ। ਅੱਜ ਹਲਕਾ ਆਤਮਨਗਰ ਦੇ ਕਾਂਗਰਸੀ ਵਰਕਰਾਂ ਨੇ ਜੋ ਪ੍ਰਦਰਸ਼ਨ ਕੀਤਾ, ਜਿਹੜੀ ਉੜਤਾ ਪੰਜਾਬ ਫਿਲਮ ਤਿਆਰ ਹੋਈ ਹੈ, ਉਹ ਫਿਲਮ ਦੇ ਵਿੱਚ ਪੰਜਾਬ ਦੀ ਅਸਲੀਅਤ ਪੇਸ਼ ਕੀਤੀ ਗਈ ਹੈ ਕਿ ਅਕਾਲੀ ਭਾਜਪਾ ਦੇ 9 ਸਾਲ ਦੇ ਰਾਜ ਦੇ ਵਿੱਚ ਸਾਡੇ ਯੂਥ ਦਾ, ਸਾਡੇ ਪੰਜਾਬ ਦਾ ਕੀ ਹਾਲ ਹੋਇਆ ਅਤੇ ਕਿਸ ਪਾਸੇ ਨੂੰ ਪੰਜਾਬ ਜਾ ਰਿਹਾ, ਇਹ ਇੱਕ ਅਸਲੀਅਤ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਫਿਲਮ ਨਿਰਮਾਤਾ ਨੇ, ਅਤੇ ਉਸ 'ਤੇ ਭਾਜਪਾ ਦੇ ਰਾਹੀਂ ਅਕਾਲੀ ਦਲ ਪਾਬੰਦੀਆਂ ਲਗਵਾ ਰਿਹਾ ਕਿ ਤਾਂ ਕਿ ਲੋਕਾਂ ਨੂੰ ਅਸਲੀਅਤ ਪਤਾ ਨਾ ਲੱਗੇ। ਪਰ ਮੈਂ ਸਮਝਦਾ ਕਿ ਅਗਰ ਲੋਕਾਂ ਦੇ ਸਾਹਮਣੇ ਅਸਲੀਅਤ ਆ ਕੇ ਰਹੇਗੀ, ਕਿਉਂਕਿ ਹਾਈ ਕੋਰਟ ਨੇ ਬੜਾ ਤਕੜਾ ਨੋਟਿਸ ਲਿਆ ਇਸ ਗੱਲ ਦਾ, ਕਿਉਂਕਿ ਲੋਕਾਂ ਨੂੰ ਪਤਾ ਲੱਗੇ ਜੋ ਕੁਛ ਇਹਨਾਂ ਲੋਕਾਂ ਨੇ 9 ਸਾਲ ਦੇ ਅੰਦਰ ਪੰਜਾਬ ਦੀ ਜਵਾਨੀ, ਪੰਜਾਬ ਦੇ ਭਵਿੱਖ ਨੂੰ ਮੈਂ ਸਮਝਦਾ ਖਿਲਵਾੜ ਕੀਤਾ ਭਵਿੱਖ ਦੇ ਨਾਲ, ਅਤੇ ਇਹ ਗੱਲਾਂ ਜਿਹੜੀਆਂ ਨੁਕਸਾਨ ਕਰਦੀਆਂ ਨੇ, ਕਿਉਂਕਿ ਇੱਕ ਵੋਟਾਂ ਦੀ ਕੋਝੀ ਸਿਆਸਤ ਸਾਡੇ ਪੰਜਾਬ ਦਾ ਫਿਊਚਰ ਨੂੰ ਬਰਬਾਦ ਕਰੇ, ਇਹ ਹਰ ਸੱਚੇ ਸੁੱਚੇ ਪੰਜਾਬੀ ਦੇ ਲਈ ਸਹਿਣ ਕਰਨਾ ਬੜਾ ਮੁਸ਼ਕਲ ਹੈ।